प्यारे दोस्तों आज प्री नर्सरी प्राइमरी ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਸਿੱਖਿਆ ਦਾ ਬੁਰਾ ਹਾਲ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਇਹ ਬੁਰਾ ਹਾਲ ਕਿੰਨਾ ਨੇ ਕੀਤਾ ਤੇ ਇਹ ਕਿਵੇਂ ਠੀਕ ਹੋ ਸਕਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਢੀણો ਦਿਨ ਸਿੱਖਿਆ ਮਹਿੰਗੀ ਹੁੰਦੀ ਜਾਂਦੀ ਆ ਸਰਕਾਰੀ ਸਿੱਖਿਆ ਦਾ ਬੁਰਾ ਹਾਲ ਆ ਪ੍ਰਾਈਵੇਟ ਸਿੱਖਿਆ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਆ ਪਰ ਸਾਰੀ ਸਿੱਖਿਆ ਦੇ ਬਾਵਜੂਦ ਵਿਅਕਤੀ ਨੂੰ ਕੋਈ ਰਜਗਾਰ ਨਹੀਂ ਮਿਲਦਾ ਕੋਈ ਕੰਮ ਨਹੀਂ ਮਿਲਦਾ ਇੱਕ ਤਰ੍ਹਾਂ ਦੀ ਸਾਡੀ ਜਿਹੜੀ ਸਿੱਖਿਆ ਹੈ ਉਹ ਗੈਰ ਪ੍ਰਸੰਗਿਕ ਹੋ ਗਈ ਹੈ ਤਾਂ ਇਸ ਸਥਿਤੀ ਦੇ ਵਿੱਚ ਜ਼ਿੰਮੇਵਾਰ ਆ ਜਿਹੜਾ ਉਹ ਗਲੋਬਲੀ ਕਾਰਪੋਰੇਟਿ ਟਾਂਚਾ ਹੈ ਕਿਉਂਕਿ ਗਲੋਬਲੀ ਕਾਰਪੋਰੇਟਿ ਜਿਹੜਾ ਢਾਂਚਾ ਹੈ ਉਹਦਾ ਮੁੱਖ ਜ਼ੋਰ ਇਸ ਗੱਲ ਤੇ ਆ ਕਿ ਕੁਦਰਤੀ ਸਾਧਨਾਂ ਦੀ ਲੁੱਟ ਕਿਵੇਂ ਕੀਤੀ ਜਾਵੇ ਤੇ ਸਿਰਫ ਮੁਠੀ ਪਰ ਕੁਝ ਗਿਆਨਵਾਨਾਂ ਦੇ ਨਾਲ ਡਿਜੀਟਲ ਤੇ ਆਟੋਮੇਸ਼ਨ ਦੀ ਟੈਕਨਾਲੋਜੀ ਨਾਲ ਸਾਰੇ ਸੰਸਾਰ ਨੂੰ ਕਾਬੂ ਕੀਤਾ ਜਾ ਸਕੇ ਉਹ ਚਾਹੁੰਦੇ ਨਹੀਂ ਕਿ ਬਹੁਤੇ ਲੋਕ ਪੜਨ ਗਿਆਨਵਾਨ ਹੋਣ ਤੇ ਸਿੱਖਿਆ ਗ੍ਰਹਿਣ ਕਰਨ ਇਸੇ ਅਧੀਨ ਪਿਛਲੇ ਸਮੇਂ ਦੇ ਵਿੱਚ ਵਿਸ਼ਵ ਪੱਧਰ ਤੇ ਵੀ ਤੇ ਭਾਰਤ ਵਿੱਚ ਵੀ ਤੇ ਪੰਜਾਬ ਵਿੱਚ ਵੀ ਨੀਤੀਆਂ ਬਣ ਰਹੀਆਂ ਐ ਇਹ ਨੀਤੀਆਂ ਜਿਹੜੀਆਂ ਇਹ ਕੇਂਦਰ ਸਰਕਾਰ ਦੀਆਂ ਨੀਤੀਆਂ ਵੀ ਤੇ ਰਾਜ ਸਰਕਾਰ ਦੀਆਂ ਨੀਤੀਆਂ ਵੀ ਅਤੇ ਉਸ ਤੋਂ ਵੀ ਅੱਗੇ ਇਹ ਜਿਹੜੀਆਂ ਨੀਤੀਆਂ ਇਹ ਬੁਨਿਆਦੀ ਤੌਰ ਤੇ ਮੌਜੂਦਾ ਜਿਹੜੀ ਸਿੱਖਿਆ ਪ੍ਰਣਾਲੀ ਆ ਉਸ ਨੂੰ ਨਵੇਂ ਕਰਨ ਦੇ ਨਾਂ ਤੇ ਨਵੀਨੀ ਕਰਨ ਦੇ ਨਾਂ ਤੇ ਖਤਮ ਕਰਨ ਦਾ ਤਰੀਕਾ ਏ ਇਸ ਖਤਮ ਕਰਨ ਦੇ ਵਿੱਚ ਨਾ ਤਾਂ ਕਾਂਗਰਸ ਕੋਈ ਪਿੱਛੇ ਆ ਇਹਦਾ ਅਮਲ ਕਾਂਗਰਸ ਨੇ ਸ਼ੁਰੂ ਕੀਤਾ ਸੀਗਾ ਜਿਹੜੀ ਇਹ ਸਿੱਖਿਆ ਪ੍ਰਣਾਲੀ ਹੈ ਪਹਿਲੀ ਵਾਰੀ ਜੀਵ ਗਾਂਧੀ ਲੈ ਕੇ ਆਇਆ ਸੀ ਬਾਅਦ ਦੇ ਵਿੱਚ ਫਿਰ ਯੂਪੀਏ ਦੀ ਸਰਕਾਰ ਨੇ ਵੀ ਇਸ ਨੂੰ ਸ਼ੁਰੂ ਕੀਤਾ ਸੀਗਾ ਤੇ ਸਭ ਤੋਂ ਜਿਹੜੀ ਮਾੜੀ ਗੱਲ ਹੈਗੀ ਹੈ ਕਿ ਸੈਂਪੱਤਰੋਦੇ ਵਰਗੇ ਤਬਦੀਲੇ ਦੇ ਨਾਂ ਥੱਲੇ ਇਹ ਸਿੱਖਿਆ ਦੀਆਂ ਜੜਾਂ ਨੂੰ ਦਾਤੀ ਪਾ ਕੇ ਬੈਠੇ ਪਰ ਜਿਹੜੀ ਭਾਜਪਾ ਦੀ ਸਰਕਾਰ ਹੈਗੀ ਆ ਇਹ ਦਾਤੀ ਨਹੀਂ ਇਹ ਤਾਂ ਵੱਡੀਆਂ ਕੰਬਾਈਨਾਂ ਲੈ ਕੇ ਆ ਗਈ ਕਿ ਛੇਤੀ ਤੋਂ ਛੇਤੀ ਇਸ ਸਿੱਖਿਆ ਪ੍ਰਣਾਲੀ ਦੀਆਂ ਜੜ੍ਹਾਂ ਵੜ ਦਿਤੀਆਂ ਜਾਂ ਇਹ ਤਾਂ ਜੀਸੀਬੀ ਮਸ਼ੀਨਾਂ ਤੇ ਬਲਡੋజర్ ਲੈ ਕੇ ਆ ਗਈ ਤਾਂ ਉਸ ਸਥਿਤੀ ਦੇ ਵਿੱਚ ਸਿੱਖਿਆ ਜਿਹੜੀ ਹੈਗੀ ਆ ਉਸ ਨੂੰ ਬਚਾਇਆ ਕਿਵੇਂ ਜਾ ਸਕਦਾ ਤੇ ਬਚਾਉਣ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੈ ਸਮੇਲੇ ਅੜਿੱਕਾ ਡਾਇਆ ਜਾ ਰਿਹਾ ਉਹ ਇਹ ਡਾਇਆ ਜਾ ਰਿਹਾ ਹੈ ਕਿ ਇਹ ਜਿਹੜੀ ਕਹਿੰਦੇ ਅਸੀਂ ਕਿ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਡਿਵਾਈਡ ਐਂਡ ਰੂਲ ਇਹ ਕੇਵਲ ਅੰਗਰੇਜ਼ਾਂ ਦੀ ਦੇਣ ਨਹੀਂ ਆ ਕੋਈ ਵੀ ਜਿਹੜੀ ਸੱਤਾਧਾਰੀ ਆ ਉਹ ਇਸੇ ਤਰ੍ਹਾਂ ਹੀ ਵੰਡੀਆਂ ਪਾਉਂਦੀ ਆ ਕਦੇ ਵੰਡ ਪਾਉਂਦੀ ਹੈਗੀ ਆ ਵਿਦਿਆਰਥੀਆਂ ਤੇ ਅਧਿਆਪਕਾਂ ਕਦੇ ਵੰਡ ਪਾਉਂਦੀ ਆ ਕਰਮਚਾਰੀਆਂ ਤੇ ਅਧਿਆਪਕਾਂ ਦੇ ਵਿੱਚ ਕਦੇ ਵੰਡ ਪਾਉਂਦੀ ਆ ਪੱਕੇ ਕਰਮਚਾਰੀਆਂ ਤੇ ਕੱਚੇ ਕਰਮਚਾਰੀਆਂ 'ਚ ਕਦੇ ਪੱਕੇ ਕਰਮਚਾਰੀਆਂ ਤੇ ਪੱਕੇ ਕਰਮਚਾਰੀਆਂ ਦੇ ਰਿਟਾਇਰ ਤੇ ਗੈਰ ਰਿਟਾਇਰ ਦੇ ਵਿੱਚ ਕਦੇ ਇਹ ਵੰਡ ਪਾਉਂਦੀ ਹੈਗੀ ਆ ਸੀਨੀਅਰ ਤੇ ਜੂਨੀਅਰ ਵਿੱਚ ਕਦੇ ਵੰਡ ਪਾਉਂਦੀ ਹੈਗੀ ਆ ਕਿ ਜਿਹੜੇ ਅਧਿਆਪਕ ਪੂਰੀ ਤਨਖਾਹ ਤੇ ਕੰਮ ਕਰਦੇ ਆ ਕਿਹੜੇ ਅਢਹਾਖ ਤੇ ਕੰਮ ਕਰਦੇ ਆ ਕਦੇ ਕਿ ਗੈਸਟ ਫੈਕਲਟੀ ਦੇ ਵਿੱਚ ਤੇ ਪਾਰਟ ਟਾਈਮ ਵਾਲਿਆਂ ਦੇ ਵਿੱਚ ਇਹ ਵੰਡੀਆਂ ਪਾਉਂਦੀ ਆ ਤੇ ਵੰਡ ਪਾ ਕੇ ਇਹ ਇਰਾਜ਼ ਕਰਦੀ ਆ ਅਸਲ ਵਿੱਚ ਇਹਦੇ ਲਈ ਨੀਤੀਆਂ ਜ਼ਿੰਮੇਵਾਰੀਆਂ ਉਹ ਜਿ ਨੀਤੀਆਂ ਜ਼ਿੰਮੇਵਾਰ ਨੇ ਨੇਤਾ ਜ਼ਿੰਮੇਵਾਰ ਨੇ ਇਹਦੇ ਲਈ ਰਾਜ ਸਰਕਾਰਾਂ ਜ਼ਿੰਮੇਵਾਰ ਨੇ ਕੇਂਦਰ ਸਰਕਾਰਾਂ ਜ਼ਿੰਮੇਵਾਰ ਨੇ ਪਰ ਬਹੁਤੀ ਵਾਰੀ ਜਿਹੜਾ ਸਾਡਾ ਗੁੱਸਾ ਹੈਗਾ ਉਹ ਅਫਸਰਾਂ ਛਾਹਾਂ ਤੇ ਉਹ ਕੋਈ ਸਕੱਤਰਾਂ ਤੇ ਕੁਝ ਵੀਸੀਆਂ ਤੇ ਕੁਝ ਡਾਇਰੈਕਟਰਾਂ ਤੇ ਕੁਝ ਚੇਅਰਮੈਨਾਂ ਤੇ ਉਤਰ ਜਾਂਦਾ ਹੈ ਕਿ ਸ਼ਾਇਦ ਇਹ ਜ਼ਿੰਮੇਵਾਰ ਨੇ ਦੇਖੋ ਇਹ ਵਿਅਕਤੀਗਤ ਸੁਭਾ ਅਤੇ ਵਿਅਕਤੀਗਤ ਵਿਚਾਰ ਧਾਰਕ ਚੁਕਾਤਾ ਹੁੰਦੇ ਆ ਕੁਝ ਲੋਕ ਖਫਤੀ ਹੁੰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਬੜੇ ਸਰਕਾਰ ਦੇ ਅੱਛੇ ਹੱਥ ਠੋਕੇ ਬਣ ਸਕਦੇ ਆ ਉਹ ਆਪਦੀ ਦੁਨੀਆ 'ਚ ਰਹਿੰਦੇ ਆ ਕਿ ਅਸੀਂ ਉਹ ਵਾਅਦਾ ਕੀਤਾ ਸੀ ਆਹ ਵਾਅਦਾ ਕੀਤਾ ਹੈਗਾ ਉਹ ਵਿਅਕਤੀਗਤ ਜਰੂਰ ਤੌਰ ਤੇ ਉਹ ਵਿਅਕਤੀ ਥੋੜਾ ਬਹੁਤਾ ਅਸਰ ਪਾ ਸਕਦੇ ਹੁੰਦੇ ਆ ਪਰ ਉਹ ਨੀਤੀਆਂ ਨੂੰ ਤੇਜ਼ ਕਰਨ ਜਾਂ ਹੋੜੀ ਕਰਨ ਵਿੱਚ ਹੀ ਉਹਨਾਂ ਦਾ ਯੋਗਦਾਨ ਹੁੰਦਾ ਹੈ ਵੈਸੇ ਉਹ ਹੁੰਦੇ ਵਿਚਾਰੇ ਜਾਂ ਹੱਥ ਟੋਕੇ ਹੁੰਦੇ ਆ ਸੰਦ ਹੁੰਦੇ ਆ ਇਹ ਚਾਹੇ ਵਾਈਸ ਚਾਂਸਰ ਹੋਣ ਚਾਹੇ ਸਕੱਤਰ ਹੋਣ ਤੇ ਚਾਹੇ ਇਸ ਕਿਸਮ ਦੀਆਂ ਪਦਵੀਆਂ ਤੇ ਕੰਮ ਕਰਦੇ ਹੋਰ ਲੋਕ ਹੋਣ ਸਭ ਤੋਂ ਮਾੜੀ ਗੱਲ ਉਦੋਂ ਵਾਪਰਦੀ ਆ ਕਿ ਜਦੋਂ ਅਧਿਆਪਕਾਂ ਨੂੰ ਅਧਿਆਪਕਾਂ ਦੇ ਖਿਲਾਫ ਖੜਾ ਕੀਤਾ ਜਾਂਦਾ ਹੈਗਾ ਇਸ ਤੋਂ ਬਚਨ ਦੀ ਲੋੜ ਆ ਤੇ ਲੜਨ ਤੋਂ ਬਾਅਦ ਕੁਝ ਨਹੀਂ ਮਿਲਦਾ ਤੇ ਜਦੋਂ ਲੜਿਆ ਜਾਂਦਾ ਲੜ ਕੇ ਹੀ ਜਿਹੜੀ ਦਿਹਾੜੀ ਆ ਉਹ 8 ਘੰਟੇ ਦੀ ਹੋਈ ਸੀ ਇਹ ਜਿਹੜਾ ਲੜ ਕੇ ਹੀ ਹੁਣ ਕਿਸਾਨਾਂ ਨੇ ਜਿਹੜਾ ਹੈਗਾ ਆਪਦੇ ਗੰਨੇ ਦਾ ਭਾਅ ਲੈ ਲਿਆ ਪੰਜਾਬ ਦੇ ਕਿਸਾਨਾਂ ਨੇ ਇਹ ਲੜ ਕੇ ਹੀ ਸਭ ਕੁਝ ਮਿਲਦਾ ਹੈਗਾ ਤੇ ਇਸ ਲੜਾਈ ਦੇ ਲਈ ਜੇ ਅਸੀਂ ਆਪਸ ਵਿੱਚ ਉਲਝ ਗਏ ਜਾਂ ਐਵੇਂ ਟਟਪੂੰਜੀ ਆ ਕਿਸਮ ਦੇ ਅਫਸਰ ਸ਼ਾਹਾਂ ਨਾਲ ਉਲਝ ਗਏ ਤਾਂ ਉਹਦਾ ਕੋਈ ਅਰਥ ਨਹੀਂ ਜਿਹੜੀ ਅਸਲ ਲੜਾਈ ਆ ਉਹ ਨੀਤੀਆਂ ਦੀ ਲੜਾਈ ਆ ਉਹ ਕਾਰਪੋਰੇਟਾਂ ਨਾਲ ਲੜਾਈ ਆ ਤੇ ਇਹ ਸਿੱਖਿਆ ਨੂੰ ਬਚਾਉਣ ਦਾ ਮਸਲਾ ਸਿਹਤ ਸਿੱਖਿਆ ਤੇ ਵਾਤਾਵਰਣ ਨੂੰ ਬਚਾਉਣ ਦਾ ਮਸਲਾ ਇਹ ਬੜਾ ਅਹਿਮ ਮਸਲਾ ਹੈ ਤੇ ਇਸ ਅਹਿਮ ਮਸਲੇ ਬਾਰੇ ਸਾਨੂੰ ਜਿਸ ਪੱਧਰ ਤੇ ਹਾਲ ਦੀ ਘੜੀ ਸੁਚੇਤ ਹੋਣਾ ਚਾਹੀਦਾ ਅਸੀਂ ਉਸ ਪੱਧਰ ਤੇ ਸੁਚੇਤ ਨਹੀਂ ਇਹ ਗੱਲ ਬੜੀ ਜ਼ਰੂਰੀ ਆ ਕਿ ਅਸੀਂ ਸੁਚੇਤ ਹੋਈਏ ਤੇ ਇਹ ਲੜਾਈ ਉਹਨਾਂ ਚਿਰ ਨਹੀਂ ਲੜੀ ਜਾ ਸਕਦੀ ਜਿੰਨਾ ਚਿਰ ਵਿਦਿਆਰਥੀ ਨਹੀਂ ਨਾਲ ਜੁੜਦੇ ਵਿਦਿਆਰਥੀਆਂ ਦੇ ਮਾਪੇ ਨਹੀਂ ਨਾਲ ਜੁੜਦੇ ਤੇ ਆਮ ਸਮਾਜ ਦੇ ਵਿੱਚ ਜਿਹੜਾ ਇੱਕ ਵਿਚਾਰ ਪਾਇਆ ਜਾਂਦਾ ਹੈਗਾ ਉਹ ਵਿਚਾਰ ਮਿੱਥ ਤੋੜਨ ਦੀ ਬੜੀ ਜ਼ਰੂਰਤ ਹੈਗੀ ਹੈ ਅਧਿਆਪਕਾਂ ਨੂੰ ਬਹੁਤ ਤਨਖਾਹਾਂ ਮਿਲਦੀਆਂ ਅਧਿਆਪਕ ਕੰਮ ਨਹੀਂ ਕਰਦੇਗੇ ਅਧਿਆਪਕ ਵੀ ਹੋਰ ਵਰਗਾਂ ਵਾਂਗ ਹੀ ਕੰਮ ਕਰਦੇ ਆ ਉਹਨਾਂ ਸਿਰ ਜ਼ਿੰਮੇਵਾਰੀ ਵੱਡੀ ਆ ਉਹ ਜ਼ਿੰਮੇਵਾਰੀ ਉਹ ਨਿਭਾਉਣ ਤੇ ਹਰ ਹਾਲਤ ਦੇ ਵਿੱਚ ਲੋਕਾਂ ਨੂੰ ਚੇਤਨ ਕਰਨ ਚੇਤਨ ਸਿਰਫ ਇਸ ਗੱਲ ਲਈ ਨਾ ਕਰਨ ਕਿ ਉਹ ਸਿੱਖਿਆ ਪ੍ਰਣਾਲੀ ਮੌਜੂਦਾ ਸਿੱਖਿਆ ਪ੍ਰਣਾਲੀ ਮੌਜੂਦਾ ਸਿਹਤ ਪ੍ਰਣਾਲੀ ਕਿਵੇਂ ਮਾੜੀ ਆ ਸਗੋਂ ਸਮੁੱਚੇ ਜਿਹੜਾ ਕਾਰਪੋਰੇਟੀ ਗਲੋਬਲ ਕਾਰਪੋਰੇਟੀ ਮਾਡਲ ਹੈਗਾ ਉਹ ਕਿਵੇਂ ਮਨੁੱਖ ਮਾਰੂ ਆ ਕਿਵੇਂ ਉਹ ਕੁਦਰਤੀ ਸਾਧਨਾਂ ਦਾ ਅਜਾੜਾ ਕਰਦਾ ਹੈ ਕਿਵੇਂ ਲੋਕਾਂ ਨੂੰ ਜਿਹੜੀ ਵੈਲਫੇਅਰ ਸਟੇਟ ਦਾ ਕਨਸੈਪਟ ਆ ਉਹਨੂੰ ਖਤਮ ਕਰਦਾ ਹੈ ਕਿਵੇਂ ਜਿਹੜਾ ਸਰਕਾਰ ਤੇ ਇਹ ਦਬਾਅ ਬਣਾਉਂਦਾ ਹੈ ਕਿ ਉਹ ਆਪਦੀਆਂ ਜ਼ਮੀਨਾਂ ਆਪਦੀ ਰੇਲਵੇ ਆਪਦਾ 에ਰਪੋਰਟ ਤੇ ਸਿੱਖਿਆ ਸੰਸਥਾਵਾਂ ਨੂੰ ਵੇਚ ਦੇਣ ਇਹ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਦੇ ਲਈ ਸਾਨੂੰ ਆਪਸੇ ਹੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦੀ ਲੋੜ ਆ ਇਸ ਤੋਂ ਬਗੈਰ Cor, cuí, ra nenha.